इन्हां दी माता जी अक्खां तों नेत्रहीन सी इन्हां बच्चियां दे, ते एक छोटी भैण नूं नाल लै के चले जांदे, इह वी नहीं पता लगता कि गए कित्थे ने। ते उस तों बाद च इन्हां दे पिता जी इन्हां बच्चियां दे अपने आप नूं इस किली दे नाल टंग के फाहा लगा लैंदे ने। जो मैं शाम नूं जांदा सी दुकान ते वीर, ते उत्थों मैं देखिया अगे बोलदा कबूलदा चौट करदा सी कि मैं तां अज बोलदा क्यों नहीं गा। कदों मैं बैटरी ले जांदा सी, मैं बैटरी मारी, मैं आख्या कि खड़िया है, मैं दोबारे वापस आया। कदों मैं इहदे चाचे दे मुंडे नूं बोल मारिया, ते उहनूं मैं आख्या वी काका फाहा लई बैठा जी। फिर आ के असीं परिवार नूं दस्सिया, फिर लाया जी। ਹੁਣ ਸਾਰੀ ਜ਼ਿੰਮੇਵਾਰੀ ਚਾਰ ਬੱਚਿਆਂ ਦੀ ਤੁਹਾਡਿਆਂ ਦੀ, ਤੇ ਦੋ ਬੱਚੇ ਇਹਨਾਂ ਦੀ, ਸਾਰੀ ਜ਼ਿੰਮੇਵਾਰੀ ਤੁਹਾਡੀ। ਹਾਂਜੀ ਮੇਰੇ। ਤੁਸੀਂ ਕੀ ਕੰਮ ਕਰਦੇ? ਦਿਹਾੜੀ ਕਰਦੇ ਹਾਂ। ਤੁਸੀਂ ਵੀ ਦਿਹਾੜੀ ਕਰਦੇ ਹੋ? ਸੋ ਇਹ ਗੱਲ ਹੈ ਸਾਡੇ ਸਮਾਜ ਦੀ ਕਿ ਦੋ ਇਹ ਇਹਨਾਂ ਦੇ ਛੋਟੇ ਭਾਈ ਸਾਹਿਬ ਦੇ ਬੱਚੇ ਨੇ, ਚਾਰ ਇਹਨਾਂ ਦੇ ਆਪਣੇ ਬੱਚੇ ਨੇ, ਇਹ ਵੀ ਮਜ਼ਦੂਰੀ ਕਰਦੇ। ਜ਼ਿੰਮੇਵਾਰੀ 6 ਬੱਚਿਆਂ ਦੀ ਇਸ ਬਾਈ ਜੀ ਹੋਰਾਂ ਦੇ ਉੱਪਰ ਹੈ, ਜਿਹੜੇ ਕਿ ਆਪ ਵੀ ਮਜ਼ਦੂਰੀ ਕਰਦੇ ਹੈ। ਇਹ ਪਰਿਵਾਰ, ਇਹ ਨਿੱਕੇ ਨਿੱਕੇ ਬੱਚੇ ਆਪਣੇ ਪਿਤਾ ਜੀ ਨਾਲ ਇੱਥੇ ਰਹਿੰਦੇ ਸੀ। ਆਹ ਛੱਤ ਦੇਖ ਸਕਦੇ ਹੋ ਕਿ ਕਿਵੇਂ ਦੀ ਛੱਤ ਹੈ। ਇੰਨਾ ਕੁ 10 ਫੁੱਟ ਦੀ ਇਹ ਥਾਂ ਹੋਊਗੀ ਜਿੱਥੇ ਸਾਰਾ ਪਰਿਵਾਰ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਰਿਹਾ। ਮਾਤਾ ਜੀ ਦਾ ਪਤਾ ਨਹੀਂ ਕਿ ਹੈਗੇ ਵੀ ਨੇ ਜਾਂ ਇਹਨਾਂ ਬੱਚਿਆਂ ਦੇ ਨਹੀਂ ਹੈਗੇ, ਕਿ ਜਾਂ ਉਹ ਵੀ ਇਸ ਦੁਨੀਆਂ ਤੋਂ ਜਾ ਚੁੱਕੇ ਨੇ। ਕੁਰਸੀਆਂ 'ਤੇ ਬਹਿ ਕੇ ਏਸੀ ਕਮਰਿਆਂ ਦੇ ਵਿੱਚ ਰਹਿ ਕੇ ਕਿਸਾਨਾਂ ਦੇ ਨਾਮ 'ਤੇ ਰੋਟੀਆਂ ਬਹੁਤ ਸੇਕੀਆਂ ਜਾਂਦੀਆਂ ਨੇ, ਪਰ ਇਹ ਅਸਲ ਹਕੀਕਤ ਹੈ ਸਾਡੇ ਪੰਜਾਬ ਦੇ ਕਿਸਾਨ ਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਅੱਜ ਪੰਜਾਬ ਦੇ ਕਿਸਾਨ ਦੇ ਹਾਲਾਤ ਦਿਖਾਵਾਂਗੇ। ਇੱਕ ਕਿਸਾਨ ਜਿਹੜਾ ਮਜ਼ਦੂਰੀ ਕਰਦਾ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ, ਇੱਕ ਐਸੀ ਘਟਨਾ ਵਾਪਰਦੀ ਹੈ ਕਿ ਨਰਮੇ ਦੇ ਉੱਤੇ ਗੁਲਾਬੀ ਸੁੰਡੀ ਹਮਲਾ ਕਰ ਦਿੰਦੀ ਹੈ। ਉੱਥੋਂ ਇਹ ਪਰਿਵਾਰ ਦੀ ਮਜ਼ਦੂਰੀ ਖੜ੍ਹ ਜਾਂਦੀ ਹੈ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਰਹਿੰਦਾ। ਜਿਹੜੀ ਖੇਤਾਂ ਦੇ ਵਿੱਚ ਵੀ ਮਜ਼ਦੂਰੀ ਕਰਦਾ ਹੁੰਦਾ ਕਿਸਾਨ, ਉਹ ਮਜ਼ਦੂਰੀ ਵੀ ਉਹਦੀ ਜੇਬ ਦੇ ਵਿੱਚ ਨਹੀਂ ਪੈਂਦੀ, ਨਾ ਹੀ ਉਹਨੂੰ ਮਿਲਦੀ ਹੈ। ਅਤੇ ਫਿਰ ਇੱਕ ਕਿਸਾਨ ਜਿਹਦਾ ਘਰ ਦੇ ਵਿੱਚ ਅਸੀਂ ਅੱਜ ਖੜ੍ਹੇ ਹਾਂ ਨਾ, ਉਹ ਕਿਸਾਨ ਇਹ ਕੁੰਡੀ ਦੇ ਨਾਲ ਆਪਣੇ ਆਪ ਨੂੰ ਫਾਹਾ ਲਗਾ ਲੈਂਦਾ ਹੈ ਅਤੇ ਮੌਤ ਦੇ ਘਾਟ ਉਤਾਰ ਲੈਂਦਾ ਹੈ। ਮੇਰੇ ਨਾਲ ਇਸ ਸਮੇਂ ਇਹ ਬੱਚਾ, ਇਹ ਭੈਣ, ਜੋ ਇਹਨਾਂ ਦੇ ਭੈਣ ਨੇ, ਇਹ ਇਹਨਾਂ ਦੇ ਦਾਦੀ ਜੀ, ਅਤੇ ਇਹ ਦਾਦਾ ਜੀ, ਅਤੇ ਇਹ ਤਾਇਆ ਜੀ ਖੜ੍ਹੇ ਆ। ਇਹਨਾਂ ਦੀ ਮਾਤਾ ਜੀ ਅੱਖਾਂ ਤੋਂ ਨੇਤਰਹੀਣ ਸੀ ਇਹਨਾਂ ਬੱਚਿਆਂ ਦੇ, ਅਤੇ ਇੱਕ ਛੋਟੀ ਭੈਣ ਨੂੰ ਨਾਲ ਲੈ ਕੇ ਚਲੇ ਜਾਂਦੇ, ਇਹ ਵੀ ਨਹੀਂ ਪਤਾ ਲੱਗਦਾ ਕਿ ਗਏ ਕਿੱਥੇ ਨੇ। ਅਤੇ ਉਸ ਤੋਂ ਬਾਅਦ 'ਚ ਇਹਨਾਂ ਦੇ ਪਿਤਾ ਜੀ ਇਹਨਾਂ ਬੱਚਿਆਂ ਦੇ ਆਪਣੇ ਆਪ ਨੂੰ ਇਸ ਕਿੱਲੀ ਦੇ ਨਾਲ ਟੰਗ ਕੇ ਫਾਹਾ ਲਗਾ ਲੈਂਦੇ ਨੇ। ਪਰਿਵਾਰ ਦੇ ਵਿੱਚ ਨਾ ਕੋਈ ਕਮਾਉਣ ਵਾਲਾ ਹੈ, ਪਰਿਵਾਰ ਦੇ ਵਿੱਚ ਨਾ ਕੋਈ ਕਮਾਈ ਦਾ ਸਾਧਨ ਬਚੇ ਹੈ, ਸਿਰਫ ਇਹ ਬਜ਼ੁਰਗ ਦਾਦਾ ਦਾਦੀ ਬਚੇ ਨੇ। ਬੱਚਿਆਂ ਦੇ ਸੁਪਨੇ ਬਹੁਤ ਵੱਡੇ ਨੇ, ਆਸ ਕਰਦੇ ਹਾਂ ਕਿ ਉਹ ਪੂਰੇ ਹੋਣ। ਗੱਲਬਾਤ ਬਾਈ ਜੀ ਹੋਰਾਂ ਨਾਲ ਕਰ ਲੈਂਦੇ ਹਾਂ। ਬਾਈ ਜੀ ਦੀ ਉਮਰ ਕਿੰਨੀ ਸੀ ਅਤੇ ਨਾਂ ਕੀ ਸੀ ਇਹ ਬਾਈ ਜੀ ਦਾ? ਕਾਕਾ ਸਿੰਘ ਸੀ। ਕਾਕਾ ਸਿੰਘ, ਹਾਂ। ਅਤੇ ਉਮਰ ਕਿੰਨੀ ਸੀ ਇਹਨਾਂ ਦੀ? ਉਮਰ ਇਹਨਾਂ ਦੀ 45 ਸਾਲ ਦੀ ਹੋਊ ਜੀ। 45? ਹਾਂ। ਅੱਛਾ। ਅਤੇ ਇੱਕ ਇਹ ਵੀ ਗੱਲ ਵੀ ਦੱਸਦੇ ਹੈ ਕਿ ਇਹਨਾਂ ਦੇ ਮਾਤਾ ਜੀ ਅੱਖਾਂ ਤੋਂ ਨੇਤਰਹੀਣ ਸੀ ਅਤੇ ਉਹ ਕਿਸੇ ਪਾਸੇ ਚਲੇ ਜਾਂਦੇ ਆ। ਹਾਂਜੀ, ਹਾਂ, ਨੇਤਰ ਉਹ ਸੀ, ਨੀਂਦਾ ਨਹੀਂ ਸੀ। ਨੀਂਦਾ ਨਹੀਂ ਸੀ? ਹਾਂ ਹਾਂ, ਇੱਕ ਕੁੜੀ ਨਾਲ ਲੈ ਕੇ। ਅਤੇ ਇਹ ਮਾਤਾ ਜੀ ਹੋਰੀ ਮੈਨੂੰ ਇਹ ਗੱਲ ਵੀ ਦੱਸਦੇ ਸੀ ਕਿ ਉਹ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਵੀ ਸੀ। ਹੈਗੇ ਸੀ? ਹਾਂ। ਅੱਛਾ। ਅਤੇ ਫਿਰ ਬਾਈ ਜੀ ਘਰ ਦੇ ਹਾਲਾਤ ਬਹੁਤ ਮਾੜੇ ਨੇ, ਅਤੇ ਕਿਸੇ ਨੇ ਮਦਦ ਕਰਨ ਦੀ, ਕਿਸੇ ਨੇ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ? ਨਾ ਜੀ, ਕਿਸੇ ਨੇ ਨਹੀਂ ਕੀਤੀ। ਅੱਛਾ। ਅਤੇ ਮਾਤਾ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ। ਮਾਤਾ ਜੀ, ਕੀ ਗੱਲ ਹੋਈ ਸੀ ਬਾਈ ਦੇ ਨਾਲ, ਕੀ ਭਾਣਾ ਵਰਤਿਆ ਐਸਾ? ਕੀ ਭਾਣਾ ਵਰਤਿਆ ਜੀ, ਉਹਦੇ ਦਿਮਾਗ 'ਤੇ ਖਬਰ ਕੋਈ ਕਰਜ਼ੇ ਕੁਰਜ਼ੇ ਦਾ ਹੀ ਉਹ ਹੋ ਗਿਆ। ਹਾਂ, ਗਰੀਬੀ ਆ ਗਈ ਜ਼ਿਆਦੇ, ਦਿਹਾੜੀ ਨਹੀਂ ਆਉਂਦੀ ਸੀ ਜਦੋਂ, ਕੋਈ ਐਂ ਟੈਂਸ਼ਨ ਹੋ ਗਿਆ ਬਸ। ਅਤੇ ਗੁੜੀਆਂ ਨੂੰ ਕੀ ਪ੍ਰੋਬਲਮ ਸੀ? ਇਹਦੇ ਪੈਲਸ ਦੀ ਨਾੜ ਭਰਦੀ ਸੀ ਜੀ। ਅੱਛਾ। ਫਿਰ ਮੈਂ ਸਾਰਾ ਜੀ ਕਰਾਈਏ। ਜਾਣੀ ਬਾਈ ਕਰਜ਼ਾ ਚਾਚਾ ਕੇਸ ਧੀ ਦੇ ਉੱਤੇ ਲਾਉਂਦਾ, ਇਹ ਲਾਇਆ ਰਹੇ ਇਹਦੇ ਤੇ ਲਾਉਂਦਾ। ਹਾਂ, ਹੁਣ ਅਗਲਾ ਮੰਗਦਾ, ਫਿਰ ਉਹਨੂੰ ਐਂ ਹੋ ਗਿਆ ਵੀ ਮੈਂ ਹੁਣ ਕਿੱਥੋਂ ਦੇਵਾਂ ਜਦੋਂ ਕੋਈ ਦਿਹਾੜੀ ਨਹੀਂ ਬਣਦੀ। ਜਿੱਥੋਂ ਪੈਸੇ ਲਏ ਹੋਏ ਸੀ ਉਹ ਅਗਲਾ ਮੰਗਦਾ ਸੀ। ਤੇ ਮਾਤਾ ਜੀ ਹਰਮਨ ਨਾਲ ਗੱਲ ਕਰ ਲੈਣਾ। ਹਰਮਨ, ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ? ਚੌਥੀ ਜੀ। ਚੌਥੀ ਕਲਾਸ 'ਚ? ਕਿਹੜੇ ਸਕੂਲ 'ਚ ਪੜ੍ਹਦੇ ਹੋ? ਸਰਕਾਰੀ 'ਚ। ਇੱਥੇ ਲੋਕਲੀ? ਹਾਂਜੀ। ਅੱਛਾ 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 ਅੱਛਾ। ਹਰਮਨ ਸਕੂਲ ਵਾਲੀ ਵਰਦੀ ਪਾਈ ਖੜਾ ਹੈ, ਕਿੱਥੇ ਜਾ ਕੇ ਅੱਜ ਸਕੂਲੋਂ ਹੋ ਕੇ ਆਏ ਹੋ? ਹਾਂਜੀ। ਅੱਛਾ ਅੱਛਾ ਅੱਛਾ। ਤੇ ਸਕੂਲ ਦੇ ਨਾਲ ਬੜਾ ਮੋਹ ਹੈ, ਕਿੰਨਾ ਟਾਈਮ ਪੜ੍ਹਦੇ ਹੁੰਦੇ ਫਿਰ ਸਕੂਲ 'ਚ? 3 ਟਾਈਮ ਜੀ। 3 ਘੰਟੇ ਜਾਂ 3 ਵਜੇ ਤੱਕ? 3 ਵਜੇ ਤੱਕ ਜੀ। 3 ਵਜੇ ਤੱਕ। ਕੀ ਸੁਪਨਾ ਹੈਗਾ, ਬਣਨ ਦਾ ਸੁਪਨਾ ਕੀ ਹੈ?
ਸੋਨੂੰ ਜਿਹੜੇ ਜਿਹੜਾ ਪਹਿਲਾਂ ਦੱਸਿਆ ਸੀ ਉਹੀ ਜੀ। ਕੀ ਸੁਪਨਾ? ਪੁਲਿਸ ਵਾਲਾ ਬਣਨਾ? ਹਾਂਜੀ। ਅੱਛਾ, ਤੇ ਬਾਈ ਹੁਰੀ ਇੱਕ ਪਿੰਡ ਦੇ ਖੜੇ ਆ, ਤਾਂ ਇੱਕ ਬੜੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਪਿੰਡਾਂ ਦੇ ਵਿੱਚ ਜੇ ਕੋਈ ਸਾਡਾ ਪਰਿਵਾਰ ਐਸਾ ਸਾਡੇ ਸਮਾਜ ਦੇ ਵਿੱਚੋਂ ਬਹੁਤ ਸਾਡੇ ਤੋਂ ਪਿੱਛੇ ਹੋਵੇ ਨਾ, ਉਹਦੀ ਬਾਂਹ ਫੜਨੀ ਚਾਹੀਦੀ ਹੈ। ਬਾਈ ਹੁਰੀ ਪਿੰਡ ਤੋਂ ਖੜੇ ਹੈ, ਬਈ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ, ਨਾ ਕੋਈ ਕਮਾਉਣ ਵਾਲਾ, ਨਾ ਕੋਈ ਪਰਿਵਾਰ ਦੀ ਬਾਂਹ ਫੜਨ ਵਾਲਾ। ਪਿੰਡ ਵਾਲਿਆਂ ਨੇ ਕਦੇ ਸੋਚੀ ਹੈ ਨਹੀਂ ਕਿ ਐਸੇ ਪਰਿਵਾਰ ਦੀ ਮਦਦ ਕਰਦੀ? ਨਹੀਂ ਜੀ, ਕਿਸੇ ਨੇ ਮਦਦ ਨਹੀਂ ਕੀਤੀ। ਅੱਛਾ, ਹਾਂਜੀ, ਪਿੰਡ ਵਾਲਿਆਂ ਨੇ ਕਦੇ ਸੋਚੀ ਨਹੀਂ ਕਿ ਇਹ ਪਰਿਵਾਰ ਦੀ ਮਦਦ ਕਰਦੀ ਯਾਰ, ਪੰਚਾਇਤ ਵੱਲੋਂ ਕੋਈ ਮਦਦ ਹੋ ਜੀ? ਨਹੀਂ ਨਹੀਂ, ਕੋਈ ਪੰਚਾਇਤ ਕਣੀ ਨਹੀਂ ਮਦਦ ਹੋਈ ਇਹਨਾਂ ਦੀ, ਕੋਈ ਮਦਦ ਨਹੀਂ ਹੋਈ ਇਹਨਾਂ ਦੀ। ਕਾਰਨ ਕੀ ਹੈ ਭਾਈ? ਕਾਰਨ ਕੁਛ ਤਾਂ ਇਹ ਪਹਿਲਾਂ ਮੰਨ ਲਓ ਪਾਸੇ ਰਹਿੰਦੇ ਸੀਗੇ ਜੀ। ਅੱਛਾ, ਹਾਂ, ਉਦੋਂ ਬਾਅਦ ਹੁਣ ਆ ਕੇ ਰਹਿਣ ਲੱਗੇ ਸੀ। ਕੁਛ ਤਾਂ ਹੈ ਨਹੀਂ, ਕਿਉਂ ਪੰਚਾਇਤਾਂ ਨੂੰ ਵੋਟ ਤਾਂ ਹੀ ਮਤਲਬ ਹੁੰਦਾ ਜੀ, ਕੁਛ ਤਾਂ ਤਾਂ ਨਹੀਂ ਮਦਦ ਮਿਲੀ, ਕੁਛ ਪਿੰਡ ਬਣੀ ਵੀ ਨਹੀਂ ਮਿਲੀ ਇਹਨਾਂ ਨੂੰ ਮਦਦ ਦੀ। ਪਿੰਡ 'ਚੋਂ ਕਦੇ ਇਕੱਠੇ ਵੀ ਨਹੀਂ ਕੀਤੇ ਗਏ ਇਹਨਾਂ ਵਾਸਤੇ ਪੈਸੇ ਕਿ ਇਸ ਧੀ ਦਾ ਇਲਾਜ ਕਰਵਾ ਦਿੱਤਾ ਜਾਵੇ? ਨਹੀਂ ਨਹੀਂ, ਕਿਸੇ ਨੇ ਕੁਛ ਨਹੀਂ ਕੀਤਾ ਜੀ। ਹੁਣ ਕੋਈ ਉਪਰਾਲਾ ਪਿੰਡ ਵੱਲੋਂ ਕੀਤਾ ਗਿਆ ਹੋਵੇ ਹੁਣ, ਕਿਉਂਕਿ ਕੋਈ ਮਦਦ ਨਹੀਂ ਕਰੀ ਇਹਨਾਂ ਨੇ? ਅੱਛਾ, ਹਾਂਜੀ। ਅਤੇ ਮੈਨੂੰ ਇਹ ਗੱਲ ਤੁਸੀਂ ਦੱਸ ਰਹੇ ਸੀ ਅੱਗੇ ਨੂੰ ਥੋੜ੍ਹਾ ਕੈਮਰੇ ਪਿੱਛੇ ਕਿ ਇਹ ਇੰਨਾ ਕੁ ਪਲਾਟ ਵੀ ਇਹ ਬਾਈ ਨੇ ਆਪਦੇ ਸਿਰ 'ਤੇ ਲਿਆ? ਹਾਂਜੀ ਹਾਂਜੀ ਹਾਂਜੀ, ਖੁਦ ਲਿੱਤਾ ਸੀ ਉਹਨੇ ਜੀ, ਕਿਸੇ ਗੁੜੀਆ 'ਤੇ ਲੱਗੇ ਗਏ ਪੈਸੇ ਜੀ, ਉਹਦਾ ਕਰਕੇ ਕਰਜ਼ਾਈ ਹੋ ਗਏ ਜੀ। ਅੱਛਾ, ਹਾਂਜੀ, ਬਸ ਇਹਦੇ ਕਾਰਨ ਹੀ ਮੰਨ ਲਓ ਉਹਨਾਂ ਨੇ ਕਰਜ਼ੇ ਦੇ ਕਾਰਨ ਹੀ ਆਤਮ ਹੱਤਿਆ ਕਰ ਲਈ ਜੀ। ਅੱਛਾ, ਹਾਂਜੀ। ਅਤੇ ਬਾਈ ਕੀ ਕਾਰਨ ਹੋਇਆ ਸੀ ਕਿ ਉਹ ਗੁਲਾਬੀ ਸੁੰਡੀ ਦੀ ਮਾਰ ਪਈ ਸੀ ਤਾਂ ਦਿਹਾੜੀ ਨਹੀਂ ਲੱਗਦੀ? ਹਾਂਜੀ, ਕੁਛ ਤਾਂ ਇਹਦੇ ਕਰਕੇ ਦਿਹਾੜੀ ਨਹੀਂ ਲੱਗਦੀ ਸੀਗੀ, ਅਤੇ ਘਰੀ ਰਹਿੰਦੇ ਸੀ, ਬਸ ਕੁਛ ਟੈਨਸ਼ਨ ਹੋ ਗਈ ਬੱਚਿਆਂ ਦੀ ਜੀ, ਉਹਦਾ ਕਰਕੇ ਬਸ ਇਹਨਾਂ ਨੇ ਆਤਮ ਹੱਤਿਆ ਕਰ ਲਈ। ਹਾਂਜੀ, ਕਿੰਨੇ ਕਿੰਨਾ ਕੁ ਸਮਾਂ ਸੀ ਉਦੋਂ, ਕਿੰਨੇ ਸ਼ਾਮ ਨੂੰ ਕੀਤੀ ਜਾਂ ਸਵੇਰੇ ਸੀ? ਸ਼ਾਮ 6:30-7 ਵਜੇ ਦਾ ਟਾਈਮ ਸੀ ਕਰੀਬ ਜੀ, ਬਸ ਮਾਲ। ਹਾਂਜੀ, 7:00 ਦਾ ਟਾਈਮ ਸੀਗਾ ਜੀ। ਅੱਛਾ, ਅਤੇ ਬਾਈ ਫਿਰ ਕਿਸੇ ਨੇ ਦੇਖਿਆ ਨਹੀਂ ਹੈਗਾ ਆਲੇ ਦੁਆਲੇ? ਨਹੀਂ, ਕਿਸੇ ਨੂੰ ਨਹੀਂ ਪਤਾ ਲੱਗਿਆ ਜੀ। ਅੱਛਾ, ਹਾਂਜੀ। ਅਤੇ ਬਾਈ ਹੁਣ ਬਹੁਤ ਵੱਡਾ ਤੁਹਾਡੇ ਪਿੰਡ 'ਤੇ ਸਵਾਲ ਖੜ੍ਹਾ ਇਹ ਹੁੰਦਾ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਨੇ, ਪੰਚਾਇਤਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜਾ ਵੀ ਪਿੰਡ ਦੇ ਵਿੱਚ ਗਰੀਬ ਹੈ ਜਾਂ ਕਿਸੇ 'ਤੇ ਮੁਸੀਬਤ ਪੈਂਦੀ ਹੈ ਉਹਨੂੰ ਇਕੱਠਾ ਕਰਕੇ ਕੁਛ ਨਾ ਕੁਛ ਦਿੱਤਾ ਜਾਵੇ ਤਾਂ ਕਿ ਆਰਥਿਕ ਮਦਦ ਉਹਦੀ ਹੋ ਸਕੇ। ਮੰਨਦੇ ਹੋ ਕਿ ਪਿੰਡ ਵੱਲੋਂ ਇਹ ਉਪਰਾਲਾ ਕਰ ਲੈਣਾ ਚਾਹੀਦਾ ਤੁਹਾਨੂੰ? ਹਾਂਜੀ ਹਾਂਜੀ, ਜ਼ਰੂਰੀ ਚਾਹੀਦਾ ਤਾਂ ਹੈਗਾ, ਪਰ ਪੰਚਾਇਤ ਨੇ ਕੋਈ ਮਦਦ ਨਹੀਂ ਕਰੀ ਇਹਨਾਂ ਦੀ। ਅੱਛਾ, ਹਾਂਜੀ। ਅਤੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਜੇ ਮੈਂ ਗੱਲ ਕਰਾਂ ਕਿ ਹੁਣ ਇਹ ਪਰਿਵਾਰ ਦਾ ਰਹਿਣ ਸਹਿਣ, ਇਹ ਬੱਚਿਆਂ ਦਾ ਰਹਿਣ ਸਹਿਣ, ਇਹਨਾਂ ਦੇ ਸੁਪਨੇ ਨੇ ਜਿਹੜੇ, ਉਹ ਕੌਣ ਪੂਰੇ ਕਰੂਗਾ? ਕੌਣ ਜ਼ਿੰਮੇਵਾਰੀ ਕਰ ਸਕਦੀ ਹੈ ਜੀ? ਸਰਕਾਰ ਕਰ ਸਕਦੀ? ਹਾਂ। ਅੱਛਾ, ਅਤੇ ਬਾਈ ਜੀ ਜੇ ਮੈਂ ਗੱਲ ਕਰਾਂ, ਤੁਹਾਡੇ ਆਪਣੇ ਕਿੰਨੇ ਬੱਚੇ ਨੇ? 4 ਬੱਚੇ ਹੈ ਜੀ। ਅੱਛਾ, ਅਤੇ ਹੁਣ ਸਾਰੀ ਜ਼ਿੰਮੇਵਾਰੀ 4 ਬੱਚਿਆਂ ਦੀ ਤੁਹਾਡਿਆਂ ਦੀ ਅਤੇ 2 ਬੱਚੇ ਇਹਨਾਂ ਦੀ, ਸਾਰੀ ਜ਼ਿੰਮੇਵਾਰੀ ਤੁਹਾਡੇ? ਹਾਂਜੀ, ਮੇਰੇ। ਤੁਸੀਂ ਕੀ ਕੰਮ ਕਰਦੇ ਹੋ? ਦਿਹਾੜੀ ਕਰਦੇ ਹਾਂ ਜੀ। ਤੁਸੀਂ ਵੀ ਦਿਹਾੜੀ ਕਰਦੇ ਹੋ? ਸੋ ਇਹ ਗੱਲ ਹੈ ਸਾਡੇ ਸਮਾਜ ਦੀ ਕਿ ਦੋ ਇਹ ਇਹਨਾਂ ਦੇ ਛੋਟੇ ਭਾਈ ਸਾਹਿਬ ਦੇ ਬੱਚੇ ਨੇ, 4 ਇਹਨਾਂ ਦੇ ਆਪਣੇ ਬੱਚੇ ਨੇ, ਇਹ ਵੀ ਮਜ਼ਦੂਰੀ ਕਰਦੇ ਆ, ਅਤੇ ਜ਼ਿੰਮੇਵਾਰੀ 6 ਬੱਚਿਆਂ ਦੀ ਇਸ ਬਾਈ ਜੀ ਹੋਰਾਂ ਦੇ ਉੱਪਰ ਹੈ ਜਿਹੜੇ ਕਿ ਆਪ ਵੀ ਮਜ਼ਦੂਰੀ ਕਰਦੇ ਆ। ਅਤੇ ਸਵਾਲ ਇਹ ਹੈ ਕਿ ਸਰਕਾਰਾਂ ਕਿਉਂ ਗੂੰਗੀਆਂ ਅਤੇ ਬੌਲੀਆਂ ਹੋਈਆਂ ਬੈਠੀਆਂ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਐਸੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਗਏ, ਜਿਨ੍ਹਾਂ ਦਾ ਇਹ ਨਹੀਂ ਪਤਾ ਕਿ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੈ ਜਾਂ ਨਹੀਂ ਹੈ? ਮੁਆਵਜ਼ੇ ਤਾਂ ਬਹੁਤ ਵੱਡੇ ਵੱਡੇ ਐਲਾਨ ਦਿੱਤੇ ਜਾਂਦੇ ਆ, ਪਰ ਮਿਲਦੇ ਕਦੋਂ ਹੈ? ਇਹ ਬਹੁਤ ਵੱਡਾ ਸਵਾਲ ਹੈ। ਚੋਣਾਂ ਨੇੜੇ ਬਹੁਤ ਸਾਰੇ ਵੱਡੇ ਵਾਅਦੇ ਹੋਣਗੇ, ਪਰ ਜੇਕਰ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਸਰਕਾਰਾਂ ਕਰ ਦੇਣ ਤਾਂ ਵੋਟਾਂ ਮੰਗਣ ਦੀ ਨੌਬਤ ਨਾ ਆਵੇ। ਬਾਈ ਜੀ, ਅੱਜ ਕੱਲ੍ਹ ਮੁਆਵਜ਼ੇ ਵੀ ਮਿਲਦੇ ਆ, ਕੋਈ ਇਹ ਪਰਿਵਾਰ ਨੂੰ ਮੁਆਵਜ਼ਾ ਮਿਲੇ? ਕੁਛ ਨਹੀਂ ਮਿਲਿਆ ਜੀ ਇਹਨਾਂ ਨੂੰ, ਸਰਕਾਰ ਵੱਲੋਂ ਵੀ ਕੁਛ ਨਹੀਂ ਮਿਲਦਾ ਜੀ, ਕੋਈ ਲੀਡਰ ਤੱਕ ਪਹੁੰਚ ਕੀਤੀ ਹੋਵੇ? ਨਹੀਂ ਜੀ, ਵੋਟਾਂ ਦਾ ਮਸਲਾ ਜੇ ਹੁਣ ਆ ਜਾਣ ਨਹੀਂ ਆਉਂਦੇ ਵੀ ਨਹੀਂ ਬੈਠਣ। ਬਾਈ ਜੀ, ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੂੰਗਾ ਕਿ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ, ਤੇ ਕੋਈ ਲੀਡਰ ਇੱਥੋਂ ਦਾ ਲੋਕਲ ਲੀਡਰ ਆਇਆ ਇੱਥੇ ਬੈਠਣ? ਨਹੀਂ, ਕੋਈ ਨਹੀਂ ਆਇਆ ਜੀ। ਕੋਈ ਨਹੀਂ ਆਇਆ? ਨਹੀਂ, ਕੋਈ ਨਹੀਂ ਆਇਆ ਜੀ। ਤਾਂ ਯਾਰ ਬਹੁਤ ਸ਼ਰਮਨਾਕ ਗੱਲ ਹੈ ਸਾਡੇ ਸਮਾਜ ਦੀ ਤੇ ਸਾਡੇ ਲੀਡਰਾਂ ਦੀ ਕਿ ਐਸਾ ਪਰਿਵਾਰ ਹੋਵੇ ਜ਼ਿਲ੍ਹੇ ਦੇ ਵਿੱਚ ਵੱਸਦਾ, ਕੋਈ ਲੋਕਲ ਲੀਡਰ, ਕੋਈ ਜ਼ਿਲ੍ਹੇ ਦਾ ਲੀਡਰ, ਕੋਈ ਤਹਿਸੀਲ ਦਾ ਬੰਦਾ, ਕੋਈ ਵੀ ਇੱਥੇ ਪਰਿਵਾਰ ਦੀ ਪੁੱਛਦਾਸ ਕਰਨ ਨਾ ਨਹੀਂ ਆਇਆ। ਕੁਰਸੀਆਂ 'ਤੇ ਬਹਿ ਕੇ ਏਸੀ ਕਮਰਿਆਂ ਦੇ ਵਿੱਚ ਰਹਿ ਕੇ ਕਿਸਾਨਾਂ ਦੇ ਨਾਮ 'ਤੇ ਰੋਟੀਆਂ ਬਹੁਤ ਸਿੱਕੀਆਂ ਜਾਂਦੀਆਂ ਨੇ, ਪਰ ਇਹ ਅਸਲ ਹਕੀਕਤ ਹੈ ਸਾਡੇ ਪੰਜਾਬ ਦੇ ਕਿਸਾਨ ਦੀ। ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕਰਿਓ ਤਾਂ ਕਿ ਜੋ ਬੱਚਿਆਂ ਨੇ ਸੁਪਨੇ ਸੋਚੇ ਹੋਏ ਆ ਨਾ, ਉਹ ਪੂਰੇ ਹੋ ਸਕਣ। ਇਹ ਬੱਚਾ ਕਹਿੰਦਾ ਮੈਂ ਪੁਲਿਸ ਵਾਲਾ ਬਣਨਾ, ਅਤੇ ਜੇਕਰ ਕੋਈ NRI ਵੀਰ ਜਾਂ ਬਾਹਰਲਾ ਵੀਰ ਇਹ ਵੀਡੀਓ ਦੇਖਦਾ ਨਾ, ਤਾਂ ਇਸ ਵੀਰ ਨਾਲ, ਇਸ ਬੱਚੇ ਨਾਲ ਜ਼ਰੂਰ ਸੰਪਰਕ ਕਰਨ ਦੀ ਕੋਸ਼ਿਸ਼, ਇਹ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਕਿ ਜੋ ਸੁਪਨੇ ਸੋਚੇ ਹੋਏ ਆ ਉਹ ਪੂਰੇ ਹੋ ਸਕਣ। ਬਾਈ ਜੀ, ਜੇ ਕੋਈ ਮਦਦ ਕਰਨੀ ਚਾਹੇ ਬਾਹਰ ਦਾ ਬੰਦਾ ਜਾਂ ਕੋਈ ਹੋਰ ਬੰਦਾ, ਲੈ ਲਓਗੇ ਮਦਦ? ਲੈ ਲਾਂਗੇ ਜੀ, ਮਦਦ ਲੈ ਲਾਂਗੇ। ਸਭ ਤੋਂ ਵੱਧ ਚੀਜ਼ ਦੀ ਕੀ ਜ਼ਰੂਰਤ ਹੈ ਇਹ ਬੱਚਿਆਂ ਨੂੰ? ਬੱਚਿਆਂ ਨੂੰ ਤਾਂ ਜੀ ਆਹੀ ਬਸ, ਜਿਹਨੇ ਇਹਦਾ ਘਰ ਬਾਰ ਪੈ ਜੇ ਅਤੇ ਹੋਰ ਬਸ ਪੜ੍ਹਾਈ ਪੜ੍ਹਾਈ ਦਾ ਹੋ ਜੇ ਜੀ, ਸਰਬੰਧ ਬਣ ਜੇ ਆਹੀ। ਅਤੇ ਹਰਮਨ ਜੀ, ਮੈਂ ਪੁੱਛਾਂ ਸਭ ਤੋਂ ਜ਼ਿਆਦਾ ਚੀਜ਼ ਕਿਹੜੀ ਦੀ ਲੋੜ ਹੈ? ਸਾਨੂੰ ਜੀ ਬਸ ਘਰ ਦੀ ਲੋੜ ਹੈ ਸਰ, ਤੋਂ ਵੱਧ
माता जी जे मैं पूछा कि जे हुण ये बच्चों की कोई बांह फड़ लैंदा है कोई बच्चों नूं कहिंदा कि असीं पढ़ाई का खर्चा चक्कांगे थोनूं तां नहीं कोई गल महसूस होगी? ना ना कर सकदा कोई वी इत्थे कौन करन वाला जी? अच्छा कोई नहीं करन वाला जदों हुण 9 दिन हो गए कौन किने करीए? अच्छा बापू जी कोई लीडर बैठन भी नहीं आया? ना अज कोई नहीं आया कोई बैठन आया नहीं आप होण जावे। अच्छा भैन तुसी पढ़दे नहीं हैगे जे कोई पढ़ाई करवाउणा चाहे थोड़ी पढ़ लोगे? हां जी शौक हैगा पढ़न दा? हां जी। अच्छा सो ये वीडियो जरूर शेयर कर दो। एक भाई जी इन्हां दा नंबर जे कोई परिवार दा हैगा एक बार टीवी स्क्रीन ते जरूर बोल दो ताकि कोई नंबर सुन के इन्हां दी मदद जरूर कर दे। हैगा कोई नंबर? नंबर हैगा लिया लियांदे जी नंबर जरूर दसांगे परिवार दा ताकि मदद हो सके कि मकसद यही है कि ये परिवार की कोई बांह फट सके। मकसद यही है कि सरकारां दे मुँह ते करारी चपेड़ वांगे वीडियो वजे तो उन्होंने भी होश आवे जिहड़ियां गूंगियां बहरियां सरकारां बणियां बैठी ने उन्होंने ताके वीडियो जरूर पहुँचती करो। हुण घर के हालात जरूर दिखाऊंगा कैमरामैन नूं कहूँगा कि मेरा साथ दे ते तस्वीरां जरूर दिखावे। ये घर के हालात ने इस परिवार के तस्वीरां दे विच देख सकते हो कि ये परिवार ये निक्के निक्के बच्चे अपने पिता जी नाल इत्थे रहिंदे सी। आ छत देख सकते हो कि किवें दी छत है। इन्ना क 10 फुट की यह थां होगी जिथे सारा परिवार रह के अपना जीवन बसर करता रहा है। माता जी का पता नहीं कि हैगे भी ने या इन्ह बच्चों के नहीं हैगे कि जा वह भी इस दुनिया तो जा चुके ने ते पिता जी इन्ह दे फाहा लैके इस दुनिया तो रुखसत हो जाते हैं। तो ये तस्वीर ने परिवार के हालात ने यह असल हकीकत है साढ़े पंजाब के किसान की असल कहानी है हर साढ़े पंजाब के तीजे किसान की सिर ते हुण ना बच्चा रहा है ना कोई कमाउण वाला रहा है तो ना इन्हां बच्चों का कोई पिता रहा है तो ना इन्हां दी हुण ये भी नहीं पता कि माता जी हैगे भी ने या नहीं हैगे। ये हालात ने ये परिवार के रोना आउंदा है हालातों को देख के दिल झंझोड़ दिंदियां ने। ये तस्वीर जदों असी घर दे विच आए तो हालात देखे तो बहुत बदतर हालत सी ये परिवार की। सियासतदानां नूं जरूर जागना चाहिए जिहड़े लोकल भी लीडर ने जिहड़े कोई किसान वीर ने किसान जथेबंदियां ने उन्हां नूं इस बच्चे की NRI वीर ने उन्हां नूं ये परिवार की बांह जरूर फड़नी चाहिए है। भाई जी परिवार वाले दसदे आ कि तुसीं ये बाई नूं इत्थों लाहिया सी किली तों किवें पता लग्गिया कि बाई होणे अपने आप नूं फाहा ला लिया? जो मैं शाम नूं जांदा सी दुकान ते वीर ते उत्थों मैं देखिया अगे बोलदा कबूला चौट करदा सी कि माता अज बोलदा क्यों नहीं गा। कदों मैं बैटरी ले जांदा सी मैं बैटरी मारी मैं आख्या कि खड़िया है मैं दोबारे वापस आया कदों मैं इहदे चाचे दे मुंडे नूं बोल मारिया तो उहनूं मैं आख्या काका फाहा लई बैठा है जी फिर आके असीं परिवार नूं दस्सिया फिर लाहिया जी। अच्छा भाई की कारण हो सकदा? बाकी पहलां तां गरीबी तौर ते पहलां तां करोना नहीं मारते असीं बेचारा हुण दिहाड़ी दप्पा करदा बच्चा ना गुड़िया देखो ढिल्ली सी इन्हां दी इन्हां दे भी पैसा बहुत लग गया इहदा कारण करके बस पैसा देना वाला सीगा भी हत्थ ने कर ली बेचारे। सो ये हकीकत सी परिवार की पंजाब के हर तीजे किसान के ये हालात ने परिवार के असल तस्वीर ग्राउंड तो दिखाना चाहते सी कि किवें पंजाब का किसान खुशहाल है या मंदहाली की जिंदगी ज्यों रहा है। वीडियो ने अगे तो अगे शेयर जरूर करो परिवार की मदद जरूर करो परिवार का खाता नंबर के नंबर जरूर दसांगे ताकि ये परिवार तक थोड़ी पहुँच हो सके। पिंड कौरवाला जिला मानसा तहसील झनीर पैंदी है पिंड की। बहुत बहुत धन्यवाद।